ਤਾਂ ਅਕਾਲੀ ਦਲ ਨੇ ਮੁੜ ਤੋਂ ਸਰਕਾਰ ਨੂੰ ਘੇਰਿਆ। ਕਾਨੂੰਨ ਵਿਵਸਥਾ ਦਾ ਮੁੱਦਾ ਇੱਕ ਵੱਡਾ ਮੁੱਦਾ ਬਣ ਚੁੱਕਿਆ ਹੈ। ਤਾਂ ਬਿਕਰਮ ਅਜੀਤੀਆ ਨੇ ਸੀਐਮ ਮਾਨ ਦਾ ਅਸਤੀਫਾ ਤੱਕ ਮੰਗ ਲਿਆ। ਕਾਨੂੰਨ ਵਿਵਸਥਾ ਨੂੰ ਲੈ ਕੇ ਉਹਨਾਂ ਨੇ ਸਵਾਲ ਚੁੱਕੇ ਨੇ, ਤਾਂ ਵਿਰੋਧੀ ਲਗਾਤਾਰ ਸਵਾਲ ਚੁੱਕ ਰਹੇ ਨੇ। ਜਿਸ ਤਰ੍ਹਾਂ ਪੰਜਾਬ 'ਚ ਲਗਾਤਾਰ ਕਤਲ ਹੋ ਰਹੇ ਨੇ, ਤਾਂ ਹੁਣ ਇਸ ਮੁੱਦੇ 'ਤੇ ਸਿਆਸਤ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ। ਤਾਂ ਬਿਕਰਮ ਸਿੰਘ ਮਜੀਠੀਆ ਵੱਲੋਂ ਟਵੀਟ ਕੀਤਾ ਗਿਆ। ਬਿਕਰਮ ਮਜੀਠੀਆ ਲਿਖਦੇ ਨੇ, ਸੀਐਮ ਭਗਵੰਤ ਮਾਨ ਦੀ ਸੂਬੇ ਦੀ ਕਾਨੂੰਨ ਵਿਵਸਥਾ ਦਾ ਸਿਆਸੀਕਰਨ ਕਰਕੇ ਮਨੁੱਖਤਾ ਦੇ ਖਿਲਾਫ ਅਪਰਾਧ ਕਰ ਰਹੇ ਨੇ। ਇਸੇ ਤਰ੍ਹਾਂ ਦੀ ਬਲੇਮ ਗੇਮ ਨਾਲ ਪੰਜਾਬੀਆਂ ਨੂੰ ਕੋਈ ਮਦਦ ਨਹੀਂ ਮਿਲੇਗੀ ਅਤੇ ਨਾ ਹੀ ਟਾਰਗੇਟ ਕਿਲਿੰਗ ਫਿਰੋਤੀ ਤੇ ਫਿਰਕੂ ਤੇ ਭੜਕਾਹਟ ਰੁਕੇਗੀ। ਸੀਐਮ ਧੋਖੇ ਦੀ ਸਿਆਸਤ ਬੰਦ ਕਰਕੇ ਪੰਜਾਬ ਨੂੰ ਸੁਰੱਖਿਅਤ ਬਣਾਉਣ ਤਾਂ ਇਹ ਮੰਗ ਬਿਕਰਮ ਅਜੀਤੀਆ ਨੇ ਟਵੀਟ ਕਰਕੇ ਕੀਤੀ ਹੈ। ਤਾਂ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਖੜੇ ਕੀਤੇ ਜਾ ਰਹੇ ਨੇ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਕਈ ਕਤਲ ਹੋਏ ਜਿਸ ਨੂੰ ਲੈ ਕੇ ਸਵਾਲ ਖੜੇ ਕੀਤੇ ਜਾ ਰਹੇ ਸੀ, ਜਿਸ ਤੋਂ ਬਾਅਦ ਬੀਤੇ ਦਿਨੀਂ ਸੀਐਮ ਭਗਵੰਤ ਮਾਨ ਵੱਲੋਂ ਵੀ ਟਵੀਟ ਕੀਤਾ ਗਿਆ ਸੀ, ਜਿਸ ਵਿੱਚ ਵਿਰੋਧੀਆਂ 'ਤੇ ਪਲਟਵਾਰ ਕੀਤਾ ਗਿਆ ਸੀ, ਜਿਸ ਵਿੱਚ ਲਿਖਿਆ ਸੀ ਜਿਨ੍ਹਾਂ ਦੇ ਰਾਜ ਵਿੱਚ ਜੇਲ੍ਹਾਂ ਬ੍ਰੇਕ ਹੋਈਆਂ, ਧੀ ਦੀ ਇੱਜ਼ਤ ਬਚਾਉਂਦੇ ਪੁਲਿਸ ਅਫਸਰ ਨੂੰ ਬਾਜ਼ਾਰ ਵਿੱਚ ਗੋਲੀ ਮਾਰ ਕੇ ਹੀ ਕੁੱਤੇ ਪੈਰ ਧਰ ਕੇ ਆਪਣੇ ਬੋਸ ਦੇ ਹੱਕ ਵਿੱਚ ਨਾਰੇ ਲਗਾਏ ਗਏ। ਗੈਂਗਸਟਰਾਂ ਅਤੇ ਸਮਗਲਰਾਂ ਦੇ ਸਮਝੌਤੇ ਕਰਵਾਏ, ਅੱਜ ਅਮਨ ਸ਼ਾਂਤੀ ਦਾ ਹਿੱਸਾ ਮੰਗ ਰਹੇ ਨੇ। ਇੰਝ ਲੱਗਦਾ ਜਿਵੇਂ ਤਾਲਿਬਾਨੀ ਕੈਂਡਲ ਮਾਰਚ ਕੱਢਦੇ ਹੋਣ। ਤਾਂ ਇਸ ਮੁੱਦੇ 'ਤੇ ਹੁਣ ਪਲਟਵਾਰ ਕਹਿ ਸਕਦੇ ਹਾਂ। ਬਿਕਰਮ ਅਜੀਤੀਆ ਵੱਲੋਂ ਟਵੀਟ ਕੀਤਾ ਗਿਆ, ਤਾਂ ਹੁਣ ਇਸ ਮੁੱਦੇ 'ਤੇ ਸਿਆਸਤ ਜਿਹੜੀ ਹੈ ਉਹ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ। ਤਾਂ ਸਾਡੇ ਨਾਲ ਫੋਨ ਲਾਈਨ 'ਤੇ ਆਮ ਆਦਮੀ ਪਾਰਟੀ ਤੋਂ ਮਲਵਿੰਦਰ ਸਿੰਘ ਕੰਗ ਜੁੜ ਚੁੱਕੇ ਨੇ। ਕੰਗ ਸਾਹਿਬ, ਕਿਵੇਂ ਦੇਖਦੇ ਹੋ ਜਿਵੇਂ ਲਗਾਤਾਰ ਟਵੀਟ ਕੀਤੇ ਜਾ ਰਹੇ ਨੇ, ਸੀਐਮ ਭਗਵੰਤ ਮਾਨ ਵੱਲੋਂ ਵੀ ਟਵੀਟ ਕੀਤਾ ਗਿਆ, ਔਰ ਅੱਜ ਅਕਾਲੀ ਦਲ ਤੋਂ ਬਿਕਰਮ ਅਜੀਤੀਆ ਨੇ ਪਲਟਵਾਰ ਕੀਤਾ, ਉਹ ਸਾਫ਼ ਤੌਰ 'ਤੇ ਕਹਿੰਦੇ ਆਏ ਨੇ ਕਿ ਸੀਐਮ ਧੋਖੇ ਦੀ ਸਿਆਸਤ ਬੰਦ ਕਰਕੇ ਪੰਜਾਬੀਅਤ ਨੂੰ ਸੁਰੱਖਿਅਤ ਬਣਾਉਣ, ਤੁਸੀਂ ਕਿਵੇਂ ਦੇਖਦੇ ਹੋ? ਨਹੀਂ ਨਹੀਂ, ਮਜੀਠੀਆ ਸਾਹਿਬ ਦਾ ਜਿਹੜਾ ਟਵੀਟ ਹੈ ਬਿਲਕੁਲ ਐਵੇਂ, ਮਤਲਬ ਜਿਹਨੂੰ ਕਹਿ ਲਓ ਨਾ ਤੁਸੀਂ ਵੀ ਕੋਈ ਇਹਦੀ ਗਰਾਊਂਡ ਨਹੀਂ ਆ। ਸੀਐਮ ਸਾਹਿਬ ਨੇ ਕੀ ਕਿਹਾ ਜੀ? ਸੀਐਮ ਸਾਹਿਬ ਨੇ ਕਿਹਾ ਹੈ ਵੀ ਜਿਹੜੀ ਜੇ ਆਪਾਂ NCERB ਦੀ ਰਿਪੋਰਟ ਦੇਖ ਲਈਏ, ਦੇਖੋ ਅਲਟੀਮੇਟਲੀ ਪੈਮਾਨਾ ਤੇ ਕਿਸੇ ਚੀਜ਼ ਨੂੰ ਪਰਖਣ ਦਾ ਹੈ ਹੀ ਨਾ। ਜਿਹੜੀ ਸਾਡੀ ਅਫੀਸ਼ੀਅਲ ਏਜੰਸੀ ਹੈ ਜੀ, ਉਹਦੇ ਹਿਸਾਬ ਨਾਲ ਤੇ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਹਰਿਆਣਾ, ਇੱਥੇ ਕ੍ਰਾਈਮ ਪੰਜਾਬ ਨਾਲੋਂ ਕਿਤੇ ਜ਼ਿਆਦਾ ਹੈ ਜੀ, ਔਰ ਪੰਜਾਬ ਤੇ ਉਸ ਲਿਸਟ 'ਚ ਬਹੁਤ ਥੱਲੇ ਆ ਜੀ। ਲੇਕਿਨ ਫਿਰ ਵੀ ਜਿਹੜੀਆਂ ਵੀ ਕੋਈ ਘਟਨਾਵਾਂ ਹੋਈਆਂ ਉਹਦੇ ਲਈ ਵੀ ਸਰਕਾਰ ਬੜੀ ਸੰਜੀਦਗੀ ਨਾਲ ਕੰਮ ਕਰ ਰਹੀ। ਤੁਸੀਂ ਦੇਖ ਰਹੇ ਹੋ ਜੀ, ਡਾਇਰੈਕਟਰ ਜਨਰਲ ਆਫ ਪੁਲਿਸ ਗੌਰਵ ਯਾਦਵ ਜੀ ਜੀ ਖੁਦ ਗਰਾਊਂਡ ਜ਼ੀਰੋ ਤੇ ਜਾ ਕੇ ਕਮਾਂਡ ਸੰਭਾਲ ਰਹੇ ਆ ਜੀ। ਦੂਜੀ ਗੱਲ, ਜਿਹੜੇ ਪੰਜਾਬ ਤੇ ਸਾਡੇ ਰਾਜਨੀਤਿਕ ਵਿਰੋਧੀ ਸਵਾਲ ਉਠਾ ਰਹੇ ਆ, ਇਹਨਾਂ ਦੀ ਪੁਸ਼ਤ ਪਨਾਈ ਤੇ ਇਹ ਹਾਲਾਤ ਇਹੋ ਜਿਹੇ ਬਣੇ ਪੰਜਾਬ 'ਚ ਨੌਜਵਾਨਾਂ ਦੇ ਹੱਥਾਂ 'ਚ ਉਸਦਾ ਫੜਾਫਤਾ ਜੀ, ਔਰ ਨਸ਼ਿਆਂ ਦੇ ਕਾਰੋਬਾਰ ਔਰ ਗੈਂਗਸਟਰ ਦਾ ਇੱਕ ਨੈਕਸਸ ਪੈਦਾ ਕੀਤਾ ਜਿਹਨੂੰ ਪੁਸ਼ਤ ਪਨਾਈ ਰਾਜਨੀਤਿਕ ਕਲਾਸ ਨੇ ਦਿੱਤੀ ਆ ਜੀ। ਮਾਨ ਸਾਹਿਬ ਦੀ ਸਰਕਾਰ ਤੇ ਉਹ ਸਾਰੀ ਚੀਜ਼ ਨੂੰ ਦਰੁਸਤ ਕਰਕ ਲੱਗੀ ਹੋਈ ਆ, ਔਰ ਪਿਛਲੇ 6-7 ਮਹੀਨੇ ਆ ਜਿਹੜਾ ਛੋਟਾ ਜਿਹਾ ਸਾਡਾ ਟਾਈਮ ਪੀਰੀਅਡ, ਉਹਦੇ 'ਚ ਅਸੀਂ ਕਾਫੀ ਹੱਦ ਤੱਕ ਇਹ ਚੀਜ਼ ਨੂੰ ਕੰਟਰੋਲ ਕੀਤਾ ਹੈ, ਔਰ ਹਾਲਾਤ ਬਿਹਤਰ ਬਣਾਏ ਆ, ਔਰ ਆਉਣ ਵਾਲੇ ਟਾਈਮ 'ਚ ਇਹਨੂੰ ਹੋਰ ਵਧੀਆ ਕਰਾਂਗਾ। ਜਿਹੜੇ ਜਿਹੜੇ ਕ੍ਰਾਈਮ ਮੇਜਰ 4-5 ਵੱਡੀਆਂ ਘਟਨਾਵਾਂ ਹੋਈਆਂ ਜੀ, ਉਹਦੇ ਜਿਹੜੇ ਮੇਨ ਅਕਿਊਜ਼ਡ ਹੈ ਉਹ ਸਾਰੇ ਫੜ ਕੇ ਜੇਲ੍ਹਾਂ ਦੇ ਅੰਦਰ ਦਿੱਤੇ ਗਏ ਆ, ਔਰ ਜਿੱਥੇ ਐਨਕਾਊਂਟਰ ਕਰਨ ਦੀ ਲੋੜ ਪਈ ਉਹ ਵੀ ਕੀਤੇ ਆ। ਚਲੋ ਪੰਜਾਬ ਕੰਗ ਸਾਹਿਬ, ਕੰਗ ਸਾਹਿਬ ਮੈਂ ਤਾਂ ਰੋਕਾਂਗਾ। ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਚਰਨਜੀਤ ਸਿੰਘ ਬਰਾੜ ਜੁੜ ਚੁੱਕੇ ਨੇ। ਬਰਾੜ ਸਾਹਿਬ, ਸਿੱਧੇ ਤੌਰ ਤੇ ਹੁਣ ਕੰਗ ਸਾਹਿਬ ਇਹ ਇਲਜ਼ਾਮ ਲਾ ਰਹੇ ਨੇ, ਕਹਿੰਦੇ ਬਾਕੀ ਸਟੇਟਾਂ ਦੇ ਵਿੱਚ ਕ੍ਰਾਈਮ ਜ਼ਿਆਦਾ, ਪੰਜਾਬ 'ਚ ਘੱਟ ਹੈ, ਤੇ ਪੰਜਾਬ ਸਰਕਾਰ ਕੰਮ ਕਰ ਰਹੀ ਹੈ, ਤੇ ਤੁਸੀਂ ਕਿਵੇਂ ਸਵਾਲ ਖੜੇ ਕਰ ਰਹੇ ਹੋ ਕੰਗ ਸਾਹਿਬ ਨਾਲ? ਨੇ ਦੇਖੋ, ਦੋ ਗੱਲਾਂ ਨੇ ਜੀ, ਬੜੀ ਇੱਕ ਹੈਰਾਨੀ ਵੀ ਹੋਈ ਔਰ ਇਸ ਗੱਲ ਦਾ ਬੜਾ ਦੁੱਖ ਵੀ ਲੱਗਾ ਜਦੋਂ ਪੰਜਾਬ ਨੂੰ ਯੂਪੀ ਤੇ ਬਿਹਾਰ ਨਾਲ ਕੰਪੈਰੀਜ਼ਨ ਕਰਕੇ ਦੱਸਿਆ ਗਿਆ ਜੀ। ਇਹ ਦੁੱਖ ਵਾਲੀ ਗੱਲ ਹੈ ਕਿਉਂਕਿ ਪੰਜਾਬ ਸਾਡਾ ਬਹੁਤ ਜਿਹੜਾ ਹੈਗਾ ਉਹਨਾਂ ਸਟੇਟਾਂ ਨਾਲੋਂ ਵੱਖਰਾ ਸੀ ਪਹਿਲਾਂ ਵੀ ਜੀ, ਔਰ ਅੱਜ ਵੀ ਵੱਖਰਾ ਹੀ ਹੈ, ਇਸ ਗੱਲ 'ਚ ਕੋਈ ਦੋ ਰਾਏ ਨਹੀਂ, ਪਰ ਯੂਪੀ ਤੇ ਬਿਹਾਰ ਨਾਲ ਕੰਪੇਅਰ ਨਹੀਂ ਕਰਨਾ ਚਾਹੀਦਾ ਜੀ। ਪਰ ਜਿੱਥੇ ਜੋ ਹਾਲਾਤ ਬਣੇ ਨੇ, ਜੇ ਆਪਾਂ 29 ਮਈ ਨੂੰ ਸਿੱਧੂ ਮੂਸੇਵਾਲੇ ਦੀ ਗੱਲ ਕਰ ਲਈਏ, ਉਸ ਤੋਂ ਪਹਿਲਾਂ ਨੰਗਲ ਅੰਬੀਆਂ ਦਾ ਗੱਲ ਕਰ ਲਈਏ, ਰਾਕਟ ਲਾਂਚਰ ਨਾਲ ਹਮਲੇ ਦੀ ਗੱਲ ਕਰ ਲਈਏ, ਪਟਿਆਲਾ ਦੇ ਵਿੱਚ ਹਿੰਦੂ ਤੇ ਸਿੱਖਾਂ ਦਾ ਜਿਹੜਾ ਸੀ ਉਹ ਟਕਰਾਅ ਦੀ ਗੱਲ ਕਰ ਲਈਏ, SHO ਦੀ ਗੱਡੀ ਨੂੰ ਬੰਬ ਲੱਗ ਜਾਂਦਾ, ਚਰਚ ਦੇ ਮਾਮਲੇ ਤੇ ਕਿਸ ਤਰ੍ਹਾਂ ਦਾ ਵਿਵਾਦ ਉੱਠਦਾ, ਫਿਰ ਇਸ ਤਰ੍ਹਾਂ ਦਾ ਪੁਟਿਨ ਨੂੰ ਜਿਹੜਾ ਫੜਿਆ ਸੀਗਾ ਉਹ ਹੀ ਭੱਜ ਜਾਣਾ ਜੀ, ਸੂਰੀ ਦਾ ਮਰਡਰ, ਦੂਜਾ ਤੀਜਾ, ਮੈਂ ਕਹਿੰਦਾ ਕਿ ਪੰਜਾਬ ਇੱਕ ਡਰ ਦੇ ਸਹਿਮ ਦਾ ਮਾਹੌਲ ਬਣਿਆ ਇੱਥੇ ਜੀ, ਔਰ ਇਹਦੇ ਪ੍ਰਤੀ ਪਿਛਲੀਆਂ ਸਰਕਾਰਾਂ ਦੇ ਕੰਮ ਦੇ ਧੋ ਵਾਲੇ ਦੇ ਨੇ, ਕੋਈ ਗੁਆਂਢੀ ਸੂਬਿਆਂ ਦੇ ਕੰਮ ਦੇ ਹਵਾਲੇ ਦੇ ਨੇ। ਮੇਰਾ ਖਿਆਲ ਹੈ ਕਿ ਜਿਹੜਾ ਲਾਅ ਐਂਡ ਆਰਡਰ ਹੈ ਉਹ ਪੰਜਾਬ ਦਾ ਸਬਜੈਕਟ ਹੈ, ਔਰ ਕਿਸੇ ਸੂਬਿਆਂ ਤੇ ਜਾਂ ਕਿਸੇ ਸੂਬਿਆਂ ਨਾਲ ਕੰਪੇਅਰ ਕਰਕੇ ਅਸੀਂ ਨਹੀਂ ਚੱਲਣਾ। ਸਵਾਲ ਇਹ ਹੈ ਕਿ ਇੱਥੋਂ ਦੀ ਜਨਤਾ ਸਾਡੇ ਤੇ ਭਰੋਸਾ ਕਰ ਰਹੀ ਹੈ ਕਿ ਨਹੀਂ ਕਰ ਰਹੀ, ਜਾਂ ਲੋਕਾਂ ਦੇ ਵਿੱਚ ਡਰ ਸਹਿਮ ਦਾ ਮਾਹੌਲ ਹੈਗਾ ਕਿ ਨਹੀਂ ਹੈਗਾ, ਸਾਨੂੰ ਤਾਂ ਸਿਰਫ ਇਹ ਦੇਖਣ ਦੀ ਲੋੜ ਹੈ। ਮੌਜੂਦਾ ਸਰਕਾਰ ਤੇ ਨੁਮਾਇੰਦਿਆਂ ਨੂੰ ਮੇਰੀ ਹਰੇਕ ਨੂੰ ਇਹ ਇੱਕੋ ਹੀ ਬੇਨਤੀ ਹੈ ਕਿ ਪੰਜਾਬ ਨੂੰ
ਜਿੰਨਾ ਅਸੀਂ ਸ਼ਾਂਤ ਰੱਖ ਸਕਾਂਗੇ, ਸਖਤੀ ਨਾਲ ਜਿੰਨਾ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖ ਸਕਾਂਗੇ, ਓਨਾ ਹੀ ਪੰਜਾਬ ਤਰੱਕੀ ਕਰੂਗਾ, ਓਨਾ ਹੀ ਪੰਜਾਬ ਦੇ ਵਿੱਚ ਸ਼ਾਂਤੀ ਰਹੇਗੀ। अकाली दल वेले होया, 10 साल सत्ता विच रही है, 5 साल कांग्रेस रही है, तां सीधे तौर ते इल्जाम लगदे नजर आए ने। देखो मेरी बेनती है, पिछलियां सरकारां दे विच जे कोई साडी सरकार दा पोलिटिकल बंदा जां कोई अफसर जे कोई गैंगस्टर पैदा करदा सी जां कोई बैकअप करदा सी ते कानूनी कार्रवाई कर मुलजमां ने 2-2 करोड़ के पता नहीं किन्ने करोड़ रुपया देन दियां गल्लां जिहड़ियां ओह मीडिया दे विच तुहाडे सामने इल्जाम सामने आ गया। जे तिहाड़ जेल दी पंजाब दे क्राइम दी जिहड़ी सारी कहानी लिखी जांदी है ते उस तों बाद मालविंदर सिंह कंग आम आदमी पार्टी तो और दूजे पासे चरणजीत सिंह बराड़ अकाली दल, सीधे तौर पर अकाली दल यह रोप लगाउंदा नजर आ रहा है कि जिम्मेवार पंजाब सरकार है, क्योंकि पिछले दिनों के जो कतल होए ने सिद्धू मूसेवाला के बाद कई कतल होए ने, उस तो बाद जो आम आदमी पार्टी है रोप लगाती हुई नजर आई है कि जो गैंगस्टर पैदा होए ने पिछलियां सरकारां विच पैदा होए।